ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ ਤੇ ਨਜ਼ਰ ਵਿੱਚ ਡਾਕਟਰ ਹਰਜਿੰਦਰ ਸਿੰਘ ਵਾਲੀਆ ਸ਼ੋਅ ਦੇ ਵਿੱਚ। ਮੈਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਸਤਿ ਸ੍ਰੀ ਅਕਾਲ ਜੀ ਖਾਲਸਾ ਜੀ, ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਜੀ, ਅਸੀਂ ਸ਼ੁਰੂਆਤ ਕਰੀਏ ਅੱਜ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਖਬਰ ਤੋਂ। ਤਾਂ ਹੁਣ ਜੇਲ੍ਹ ਹੀ ਉਹਨਾਂ ਦਾ ਡੇਰਾ ਬਣ ਗਈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇਹ ਵੀ ਕਹਿ ਲਈਏ। ਜੀ ਬਿਲਕੁਲ, 17 ਸਾਲਾਂ ਬਾਅਦ ਸੱਚਾਈ ਦੀ ਜਿੱਤ ਹੋਈ ਹੈ ਜੀ। ਜੀ, ਗੁਰਮੀਤ ਸਿੰਘ ਨੇ ਪੱਕੇ ਡੇਰੇ ਲਾ ਲਏ ਜੀ। ਜੀ ਜੀ, ਅਤੇ ਹੁਣ ਉੱਥੇ ਰਾਮ ਰਹੀਮ ਬਣੇ ਅਤੇ ਚਾਹੇ ਗੁਰਮੀਤ ਰਹੇ, ਲੇਕਿਨ ਰਹੂਗਾ ਹੁਣ ਜੇਲ੍ਹ 'ਚ। ਜਿਹੜੀ ਕੱਲ੍ਹ ਸਜ਼ਾ ਸੁਣਾਈ ਗਈ ਹੈ ਉਹਦੇ ਮੁਤਾਬਕ ਜਦੋਂ ਇਹ ਸਜ਼ਾ ਖਤਮ ਹੋਣੀ ਹੈ, ਜਿਹੜੀ ਭੁਗਤ ਰਹੇ ਦੋ ਬਲਾਤਕਾਰੀ ਸਾਧਵੀਆਂ ਦੇ ਬਲਾਤਕਾਰ ਦੇ ਕੇਸ 'ਚ, ਉਹਨਾਂ ਨੂੰ ਖਤਮ ਹੋਊਗਾ 10-10 ਸਾਲ ਅਤੇ 20 ਅਤੇ ਉਦੋਂ ਬਾਅਦ ਉਮਰ ਕੈਦ, ਮਤਲਬ ਹੁਣ ਸਾਰੀ ਉਮਰ ਜੇਲ੍ਹ। ਨਾਲ ਹੀ ਉਹਦੇ ਸਾਥੀ ਜਿਹੜੇ ਨੇ ਨਿਰਮਲ, ਕ੍ਰਿਸ਼ਨ, ਕੁਲਦੀਪ, ਉਹ ਵੀ ਜੇਲ੍ਹ 'ਚ ਰਹਿਣਗੇ, ਉਹ ਵੀ ਸਾਰੀ ਉਮਰ। ਇਹ ਜਿਹੜਾ ਆਪਣੇ ਆਪ 'ਚ ਬੜਾ ਅਜੀਬ ਕਿਸਮ ਦਾ ਕੇਸ ਹੈ, ਪੱਤਰਕਾਰੀ ਦੇ ਨਜ਼ਰੀਏ ਤੋਂ ਵੀ ਇਹਦੀ ਬਹੁਤ ਵੱਡੀ ਅਹਿਮੀਅਤ ਹੈ। ਦੇਖੋ, ਜਿਹੜਾ ਰਾਮਚੰਦਰ ਛਤਰਪਤੀ ਜਿਹੜਾ ਅਖਬਾਰ ਚਲਾਉਂਦਾ ਸੀ ਨਾ, ਪੂਰਾ ਸੱਚ, ਬਿਲਕੁਲ, ਉਹਦੇ ਵਿੱਚ ਉਹ ਬੜਾ ਹਿੰਮਤ ਵਾਲਾ ਬੰਦਾ ਸੀ। ਉਹਨੂੰ ਦਾਤ ਜਿਹੜੀ ਬਣਦੀ ਹੈ, ਮੈਂ ਸਮਝਦਾ ਪੱਤਰਕਾਰੀ ਦੇ ਵਿੱਚ ਉਹ ਇੱਕ ਮਿਸਾਲ ਕਾਇਮ ਕਰ ਗਿਆ। ਭਾਵੇਂ ਉਹ ਅਖਬਾਰ ਛੋਟਾ ਸੀ, ਪਰ ਉਹ ਅਖਬਾਰ ਦੇ ਵਿੱਚ ਜਿਸ ਤਰੀਕੇ ਨਾਲ ਜੋ ਕੁਛ ਡੇਰਾ ਕਰ ਰਿਹਾ ਸੀ, ਡੇਰਾ ਇੱਕ ਕੰਮ ਨਹੀਂ ਨਾ ਕਰ ਰਿਹਾ ਸੀ, ਡੇਰੇ ਦੇ ਉਹਨੇ ਬਹੁਤ ਗੜਬੜ ਕੀਤੀ ਗੁਰਮੀਤ ਰਾਮ ਰਹੀਮ ਨੇ। ਤੁਸੀਂ ਜਾ ਕੇ ਹੈਰਾਨ ਹੋਇਓਗੇ ਵੀ ਐਡਾ ਵੱਡਾ ਜਿਹੜਾ ਏਰੀਆ ਨਵਾਂ ਡੇਰਾ ਜਿੱਥੇ ਬਣਿਆ, ਜਿੱਥੇ ਇਹਦੀ ਗੁਫਾ ਬਣੀ ਹੈ, ਜਿੱਥੇ ਇਹ ਸਾਰੇ ਕੰਮ ਕਰਦਾ ਸੀ ਘਨਾਉਣੇ, ਉਹ ਜ਼ਮੀਨਾਂ ਕਿਵੇਂ ਆ ਗਈਆਂ? ਲੋਕਾਂ ਨੂੰ ਧੱਕੇ ਨਾਲ ਜ਼ਮੀਨਾਂ 'ਤੇ ਕਬਜ਼ਾ ਕਰਨਾ, ਉਹਨਾਂ ਤੋਂ ਰਜਿਸਟਰੀਆਂ ਲੈਣੀਆਂ, ਉਹਨਾਂ ਨੂੰ ਡਰਾਉਣਾ, ਧਮਕਾਉਣਾ, ਇਹ ਸਾਰੇ ਕੰਮ ਕਰਦਾ ਸੀ। ਉਹ ਇਸ ਗੱਲ ਨੂੰ ਐਕਸਪੋਜ਼ ਕਰਦਾ ਸੀ ਜੀ, ਉਹ ਲਗਾਤਾਰ ਲਿਖ ਰਿਹਾ ਸੀ ਅਤੇ ਲਗਾਤਾਰ ਉਹਨੂੰ ਧਮਕੀਆਂ ਆ ਰਹੀਆਂ ਸੀ ਜਿਹੜਾ ਰਾਮਚੰਦਰ ਛਤਰਪਤੀ ਨੂੰ ਜੀ। ਲੇਕਿਨ ਸਭ ਤੋਂ ਵੱਡੀ ਗੱਲ ਤਾਂ ਉਦੋਂ ਹੋਈ ਜਦੋਂ 30 ਮਈ ਨੂੰ ਉਹਨੇ ਇੱਕ ਚਿੱਠੀ ਛਾਪੀ ਜੀ, 30 ਮਈ 2002 ਨੂੰ ਜੀ। ਉਹ ਚਿੱਠੀ ਸੀ ਇੱਕ ਸਾਧਵੀ ਦੀ, ਜਿਹਦੇ 'ਚ ਸਾਧਵੀ ਨੇ ਇਹ ਕਿਹਾ ਸੀ, ਅਨੋਨੀਮਸ ਲੈਟਰ ਸੀ, ਰਾਸ਼ਟਰਪਤੀ ਨੂੰ ਸੀ, ਪ੍ਰਧਾਨ ਮੰਤਰੀ ਨੂੰ ਸੀ, ਚੀਫ ਜਸਟਿਸ ਹਾਈਕੋਰਟ ਦੇ ਨੂੰ ਸੀ ਜੀ। ਇਹ ਉਹਦੇ 'ਚ ਕਿਹਾ ਸੀ ਕਿ ਇੱਥੇ ਸਾਧਵੀਆਂ ਨਾਲ ਬਹੁਤ ਮਾੜਾ ਵਿਵਹਾਰ ਹੋ ਰਿਹਾ ਹੈ, ਉਹਨਾਂ ਨੂੰ ਰੇਪ ਕੀਤਾ ਜਾਂਦਾ, ਉਹ ਨਾ ਵਿਆਹੀਆਂ ਨੇ ਨਾ ਸੁਹਾਗਣਾਂ ਨੇ, ਇਸ ਤਰ੍ਹਾਂ ਦੀ ਉਹ ਇਬਾਰਤ ਸੀ। ਅਤੇ ਜਿਹੜਾ ਮੁੱਖ ਗਵਾਹ ਖੱਟਾ ਸਿੰਘ, ਉਹਦੇ ਦੱਸਣ ਮੁਤਾਬਕ ਜਦੋਂ ਉਹ ਚਿੱਠੀ ਛਪੀ ਅਤੇ ਇਹ ਜਲੰਧਰ ਤੋਂ ਸਤਸੰਗ ਕਰਕੇ ਉੱਥੇ ਪਹੁੰਚਿਆ ਗੁਰਮੀਤ ਸਿੰਘ, ਅਤੇ ਉਹਦੇ ਦੱਸਣ ਮੁਤਾਬਕ ਕਹਿੰਦਾ ਕ੍ਰਿਸ਼ਨ ਲਾਲ ਜਿਹੜਾ ਮੈਨੇਜਰ ਸੀ, ਉਹਨੇ ਚਿੱਠੀ, ਉਹਨੇ ਅਖਬਾਰ ਦਿਖਾਤਾ ਵੀ ਇਹ ਪੂਰਾ ਸੱਚ ਛਪਿਆ, ਅਤੇ ਉਸੇ ਵਕਤ ਉਹਨੇ ਆਰਡਰ ਕੀਤਾ ਵੀ ਉਹਨੇ ਤਾਂ ਮੂੰਹ ਬੰਦ ਕਰ ਦਿਉ, ਔਰ ਮੂੰਹ ਬੰਦ ਕਰਨ ਲਈ ਉਹਨੇ ਕ੍ਰਿਸ਼ਨ ਲਾਲ ਨੇ ਅਬਦਰ ਵਾਲੋਰ ਲਿਆ, ਨਿਰਮਲ ਅਤੇ ਕੁਲਦੀਪ ਨੂੰ ਨਾਲ ਲਿਆ, ਔਰ ਉਹਦਾ ਸੱਚਮੁੱਚ ਮੂੰਹ ਬੰਦ ਕਰ ਦਿੱਤਾ ਗਿਆ। ਲੇਕਿਨ ਗੱਲ ਇੱਥੇ ਨਹੀਂ ਖਤਮ ਹੋਈ, ਕਮਾਲ ਇਹ ਹੋਈ, ਇਹ ਜਿਹੜੇ 23 ਅਕਤੂਬਰ ਨੂੰ ਗੋਲੀ ਮਾਰੀ ਹੈ 2002 ਨੂੰ, ਔਰ ਉਹਨੂੰ PGI ਲੈ ਗਏ ਰੋਹਤਕ, ਉੱਥੇ 26 ਨੂੰ ਉਹ ਹੋਸ਼ 'ਚ ਆ ਗਿਆ, ਅਤੇ 26 ਨੂੰ ਬਿਆਨ ਦੇਣਾ ਚਾਹੁੰਦਾ, ਅਤੇ ਬਿਆਨ ਪੁਲਿਸ ਲੈ ਰਹੀ ਹੈ, ਰਾਮਚੰਦਰ ਨਾਂ ਦਾ ਇੰਸਪੈਕਟਰ ਪੁਲਿਸ ਦਾ ਬਿਆਨ ਲੈਣ ਗਿਆ, ਉੱਥੇ ਉਹਨੇ ਕਿਹਾ ਕਿ ਮੈਨੂੰ ਮਰਵਾਇਆ ਗੁਰਮੀਤ ਰਾਮ ਰਹੀਮ ਨੇ, ਉਹਨੇ ਉਹਦਾ ਨਾਂ ਨਹੀਂ ਦਰਜ ਕੀਤਾ। ਮਤਲਬ ਜਿਹੜਾ ਬੰਦਾ ਡਾਇੰਗ ਸਟੇਟਮੈਂਟ ਦੇ ਰਿਹਾ, ਉਹਦੀ ਸਟੇਟਮੈਂਟ ਦੇ ਵਿੱਚ ਜਿਹੜਾ ਨਾਂ ਲੈ ਰਿਹਾ, ਉਹ ਨਹੀਂ ਪੁਲਿਸ ਵਾਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ, ਹੈ ਉਹ ਵੀ ਰਾਮਚੰਦਰ ਸੀ ਜੀ, ਇਹ ਵੀ ਰਾਮਚੰਦਰ, ਫਰਕ ਦੇਖੋ ਕਿੰਨਾ ਜੀ ਜੀ। ਉਦੋਂ ਬਾਅਦ ਉਹਤੇ ਤਾਂ FIR ਲੌਂਚ ਨਹੀਂ ਹੋਈ ਜੀ, ਇਹ ਤਾਂ ਜਦੋਂ ਇੱਕ ਬੰਦਾ ਫੜਿਆ ਗਿਆ ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਸੀ। ਬਿਲਕੁਲ ਜੀ ਬਿਲਕੁਲ। ਚਲੋ, ਫਿਰ ਇਹ ਜਿਹੜਾ ਅੰਸ਼ਲ ਹੈ ਉਹ ਹਾਈਕੋਰਟ 'ਚ ਗਿਆ, ਉਹਦਾ ਮੁੰਡਾ, ਹਾਈਕੋਰਟ ਤੋਂ ਬਾਅਦ ਉਹਦੀ ਜਿਹੜੀ 21 ਨਵੰਬਰ ਨੂੰ ਉਹਦੀ ਡੈਥ ਹੋ ਜਾਂਦੀ ਹੈ, 23 ਨੂੰ ਗੋਲੀ ਲੱਗਦੀ ਹੈ, ਉਦੋਂ ਬਾਅਦ ਕੁਛ ਨਹੀਂ ਹੁੰਦਾ, ਸਾਲ ਲਗਭਗ ਸਾਲ 2 ਮਹੀਨੇ ਕੁਛ ਨਹੀਂ ਹੋਇਆ, ਫਿਰ ਹਾਈਕੋਰਟ ਨੇ ਇਹ ਕੇਸ ਦਰਜ ਕਰਾਇਆ। ਉਦੋਂ ਬਾਅਦ CBI ਨੂੰ ਜਦੋਂ ਇਨਕੁਆਇਰੀ ਹੋਈ ਫਿਰ ਥੋੜ੍ਹਾ ਹੋਇਆ, ਨਹੀਂ ਉਸੇ ਹਾਲਾਤ 'ਚ ਅਸੀਂ ਕਹਿ ਸਕਦੇ ਜਗਦੀਪ ਵਰਗੇ ਜੱਜ ਵੀ ਨੇ
ਤੇ ਉਸ ਤਰ੍ਹਾਂ ਦੇ ਦੂਜੇ ਪਾਸੇ ਇਹੋ ਜਿਹੇ ਪੁਲਿਸ ਇੰਸਪੈਕਟਰ ਜਿਨ੍ਹਾਂ ਨੇ ਐਫਆਈਆਰ ਦੀ ਦਰਜ ਕੀਤੀ ਉਹ ਜੇ ਪੁਲਿਸ ਵਾਲੇ ਉਦੋਂ ਚਾਹੇ ਉਹ ਚਟਾਲਿਆਂ ਦੀ ਗੌਰਮੈਂਟ ਸੀ ਜੀ ਚਾਹੇ ਭਾਰਤੀ ਜਨਤਾ ਪਾਰਟੀ ਵਾਲੇ ਆ ਗਏ ਉਦੋਂ ਪਹਿਲਾਂ ਕਾਂਗਰਸ ਸਾਰੇ ਉਹਨੂੰ ਬਚਾਉਂਦੇ ਰਹੇ ਜੀ ਦਾਦ ਦਈਏ ਅਸੀਂ ਅੰਸਰ ਛਤਰਪਤੀ ਨੂੰ ਉਹਦੇ ਪਰਿਵਾਰ ਨੂੰ ਗਵਾਹਾਂ ਨੂੰ ਜਿਹੜੇ ਡਰੇ ਨਹੀਂ ਜਿਹੜੇ ਇੱਕ ਅੱਧਾ ਗਵਾਹ ਜਿਹੜਾ ਡਰਿਆ ਜਦੋਂ ਮੌਕਾ ਮਿਲਿਆ ਉਹ ਫਿਰ ਸੱਚ ਬੋਲ ਗਿਆ ਅਤੇ ਹੁਣ ਕੱਲ੍ਹ ਜਦੋਂ ਉਹਨੂੰ ਸਜ਼ਾ ਸੁਣਾਈ ਅਤੇ ਉਹਨੇ ਕਹਿੰਦੇ ਹੱਥ ਜੋੜ ਕੇ ਬੈਠਾ ਸੀ ਔਰ ਉਹਦੇ ਵਕੀਲ ਨੇ ਕਿਹਾ ਕਿ ਇਹਨੇ ਬੜੇ ਚੰਗੇ ਕੰਮ ਕੀਤੇ ਨੇ ਖੂਨਦਾਨ ਕੈਂਪ ਲਾਏ ਨੇ ਸਫਾਈ ਅਭਿਆਨ ਚਲਾਇਆ ਇਹ ਕੀਤਾ ਉਹ ਕੀਤਾ ਉਹ ਕਹਿੰਦਾ ਨਹੀਂ ਇਹ ਜਿਹੜਾ ਸੰਤ ਦੇ ਭੇਖ ਦੇ ਵਿੱਚ ਇਸ ਜਿਹੜਾ ਘਿਨੌਣੀਆਂ ਹਰਕਤਾਂ ਕਰਦਾ ਰਿਹਾ ਇਹ ਮਾਫ਼ ਕਰਨ ਯੋਗ ਨਹੀਂ ਬਿਲਕੁਲ ਜੀ ਔਰ ਉਸਨੂੰ ਉਮਰ ਕੈਦ ਦੀ ਕੱਲ੍ਹ ਸਜ਼ਾ ਸੁਣਾ ਦਿੱਤੀ ਗਈ ਅਤੇ ਆਪਣੇ ਆਪ 'ਚ ਇਹ ਸਜ਼ਾ ਜਿਹੜੀ ਹੈ ਸੁਣਾਉਣਾ ਇੱਕ ਪੱਤਰਕਾਰੀ ਭਾਈਚਾਰੇ 'ਚ ਪੱਤਰਕਾਰਾਂ ਨੇ ਲੱਡੂ ਵੀ ਵੰਡੇ ਉੱਥੇ ਜੀ ਔਰ ਜਿਹੜਾ ਛਤਰਪਤੀ ਜਿਹਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਉਹ ਲੋਕ ਜਿਹਨਾਂ ਜਿਹੜੇ ਸਮਝਦੇ ਸੀ ਕਿ ਇਸ ਧਰਤੀ 'ਤੇ ਇਨਸਾਫ਼ ਹੋਣਾ ਚਾਹੀਦਾ ਉਹਨਾਂ ਨੂੰ ਖੁਸ਼ੀ ਹੋਈ ਅਤੇ ਨਾਲ ਇੱਕ ਗੱਲ ਹੋਰ ਵੀ ਹੈ ਪੰਜਾਬ ਦੇ ਵਿੱਚ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਕੱਲ੍ਹ ਮੈਂ ਦੋ ਪਾਰਟੀਆਂ ਦੇ ਲੀਡਰ ਨੂੰ ਚਰਚਾ ਪ੍ਰੋਗਰਾਮ 'ਚ ਜਦੋਂ ਬੁਲਾਇਆ ਅਤੇ ਉਹਨਾਂ 'ਚ ਆਪਸ 'ਚ ਜਿਹੜੀ ਖਹਿਬਾਜ਼ੀ ਹੋਈ ਕਿ ਅਕਾਲੀ ਹੁਣ ਕੀ ਜਵਾਬ ਦੇਣਗੇ ਸ਼੍ਰੋਮਣੀ ਅਕਾਲੀ ਦਲ ਕੀ ਜਵਾਬ ਦੇਊਗਾ ਕਿ ਉਹਨਾਂ ਨੇ ਇਹੋ ਜਿਹੇ ਬੰਦੇ ਨੂੰ ਮਾਫ਼ੀ ਦਿਵਾਈ ਸੀ ਬਿਲਕੁਲ ਜੀ ਔਰ ਮਾਫ਼ ਵੀ ਬਿਨਾਂ ਮੰਗੇ ਤੋਂ ਮਾਫ਼ੀ ਦਿੱਤੀ ਸੀ ਔਰ ਹੁਣ ਗੱਲ ਇਹ ਹੈ ਕਿ ਉਹ ਇਹ ਕਹਿੰਦੇ ਨੇ ਕਿ ਅਸੀਂ ਤਾਂ ਮਾਫ਼ੀ ਨਹੀਂ ਦਿੱਤੀ ਜਥੇਦਾਰ ਸਾਹਿਬਾਨ ਨੇ ਦਿੱਤੀ ਅਤੇ ਉਹਨਾਂ 'ਚੋਂ ਇੱਕ ਜਥੇਦਾਰ ਹੀ ਗਿਆ ਬਾਕੀ ਤਾਂ ਜਿਉਂਦੇ ਨੇ ਉਹ ਜਥੇਦਾਰਾਂ ਦੀ ਕਿਸ ਤਰ੍ਹਾਂ ਦੀ ਇੱਜ਼ਤ ਹੋਊਗੀ ਇਹ ਬੜੇ ਕੁਛ ਐਸੇ ਸਵਾਲ ਨੇ ਲੇਕਿਨ ਜਦੋਂ ਕੱਲ੍ਹ ਕਈ ਲੋਕਾਂ ਨੇ ਪੁੱਛਿਆ ਫੋਨ ਕਰਕੇ ਮੈਂ ਉਹਨੂੰ ਕਿਹਾ ਕਿ ਬਹੁਤ ਚੰਗੀ ਗੱਲ ਹੈ ਕਿ ਸਜ਼ਾ ਮਿਲੀ ਪਰ ਪੂਰੀ ਸਜ਼ਾ ਨਹੀਂ ਮੇਰੇ ਮੁਤਾਬਕ ਸਜ਼ਾ ਉਦੋਂ ਪੂਰੀ ਹੁੰਦੀ ਹੈ ਜਦੋਂ ਜੇ ਗੱਲ ਮੰਨ ਲਈ ਜਾਂਦੀ ਸੀ ਬੀ ਆਈ ਦੀ ਵਕੀਲ ਦੀ ਕਿ ਇਹਨਾਂ ਨੂੰ ਕੰਪਨਸੇਸ਼ਨ ਮਿਲਦਾ ਪਰਿਵਾਰ ਨੇ ਬਹੁਤ ਬਹੁਤ ਹੀ ਦੁੱਖ ਝੱਲਿਆ ਉਹਨਾਂ ਨੂੰ ਪੈਸਾ ਮਿਲਦਾ ਉਹਨਾਂ ਨੂੰ ਕੰਪਨਸੇਸ਼ਨ ਮਿਲਦਾ ਦੂਜੀ ਗੱਲ ਜਿਹੜੇ ਲੋਕਾਂ ਨੇ ਉਹਦਾ ਸਾਥ ਦਿੱਤਾ ਉਹਦੀ ਇਨਕੁਆਇਰੀ ਤਾਂ ਕਰਾਉਣੀ ਚਾਹੀਦੀ ਹੈ ਉਹ ਤਾਂ ਹਾਲੇ ਵੀ ਹੋ ਸਕਦੀ ਹੈ ਲਸੰਸ ਉਹਨੂੰ ਕਿਸ ਨੇ ਦਿੱਤੇ ਉਹਦੇ ਕੋਲ ਸੈਂਕੜੇ ਦੇ ਗਿਣਤੀ 'ਚ ਜਿਹੜੇ ਆਰਮ ਲਸੰਸ ਸੀ ਕਿੱਥੋਂ ਦਿੱਤੇ ਮੈਂ ਇੱਕ ਵਾਜਵਾ ਲੈਣ ਗਿਆ ਸਰਸਾ ਯੂਨੀਵਰਸਿਟੀ 'ਚ ਅਤੇ ਉੱਥੇ ਤਿੰਨ ਚਾਰ ਬੰਦੇ ਕਹਿੰਦੇ ਜੀ ਅਸੀਂ ਤਾਂ ਉਹਨਾਂ ਦੀ ਉਹਦੇ 'ਚ ਕਿਸੇ ਨੂੰ ਵੱਡੇ ਵੱਡੇ ਜਿਹੜੇ ਕੋਈ 1-47 ਤੱਕ ਦੇ ਲਸੰਸ ਕਿੱਥੋਂ ਬਣ ਗਏ ਜੀ ਉਹ ਇਹਦਾ ਮਤਲਬ ਉਹ ਜਿਹੜੇ ਬੰਦੇ ਬਣਾਉਣ ਵਾਲੇ ਕਿਵੇਂ ਬਣੇ ਕਿੰਨੇ ਦਿਨ 'ਚ ਬਣੇ ਕਦੋਂ ਜਾਇਦਾਦਾਂ ਹੋਈਆਂ ਉਹ ਸਾਰੇ ਰੈਵਨਿਊ ਮਹਿਕਮਾ ਔਰ ਸਾਰੇ ਜਿਹੜੇ ਅਫਸਰ ਉਹ ਇਨਕੁਆਇਰੀ ਦੀ ਜੱਦ 'ਚ ਆਉਂਦੇ ਨੇ ਬਿਲਕੁਲ ਜੀ ਕਿਵੇਂ ਇਹ ਸਲਤਨਤ ਬਣੀ ਤਾਂ ਕਿ ਕੋਈ ਵੀ ਹੋਰ ਇਸ ਤਰ੍ਹਾਂ ਆਪਦੇ ਡੇਰੇ ਨੂੰ ਡੇਰੇ ਦੇ ਨਾਂ 'ਤੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਨਾ ਠੱਗ ਸਕੇ ਲੋਕ ਤਾਂ ਬਹੁਤ ਵਾਰ ਤਿਆਰ ਹੀ ਬੈਠੇ ਹੁੰਦੇ ਨੇ ਕੋਈ ਆਵੇ ਸਹੀ ਔਰ ਦੂਜੀ ਗੱਲ ਜਿਹੜੀ ਹੈ ਇਹ ਵੀ ਆਪਣੇ ਆਪ 'ਚ ਬਹੁਤ ਅਹਿਮ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਦੇ ਵਿੱਚ ਇਸ ਡੇਰੇਦਾਰ ਦਾ ਕਾਫੀ ਵੱਡਾ ਹੱਥ ਹੈ ਜਦੋਂ ਉਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ ਸੀ ਜੀ ਬਿਲਕੁਲ ਤੋ ਇਹ ਸਾਰੀਆਂ ਗੱਲਾਂ 'ਚ ਮਾਫ਼ੀ ਦੇਣਾ ਫਿਰ ਮਾਫ਼ੀ ਵਾਪਸ ਲੈਣਾ ਸੰਗਤ ਦਾ ਰੋਸ ਜਾਇਜ਼ ਸੀ ਇਹਨੂੰ ਕਿਵੇਂ ਮਤਲਬ ਛੱਡਿਆ ਜਾ ਸਕਦਾ ਇਹ ਸਾਰਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਵੀ ਕਿਹਨੇ ਕੀਤਾ ਕਿਵੇਂ ਕੀਤਾ ਅਕਾਲ ਤਖ਼ਤ ਦੇ ਜਥੇਦਾਰ ਹੁਣ ਜਥੇਦਾਰ ਨਹੀਂ ਰਹੇ ਜਿਨ੍ਹਾਂ ਨੇ ਮਾਫ਼ ਕੀਤਾ ਸੀ ਉਹਨਾਂ ਨੂੰ ਸਿੱਟ ਬੁਲਾ ਕੇ ਪੁੱਛ ਸਕਦੀ ਹੈ ਕਿ ਤੁਸੀਂ ਮਾਫ਼ੀ ਕਿਸ ਬਣਾ 'ਤੇ ਕੀਤੀ ਜਿਹੜਾ ਕਿ ਬੰਦਾ ਬਲਾਤਕਾਰੀ ਹੈ ਜਿਹੜਾ ਹਾਲੇ 2 ਕੇਸ ਹੋਰ ਪਏ ਨੇ ਬਿਲਕੁਲ ਜੀ ਰਣਜੀਤ ਸਿੰਘ ਜਿਹੜਾ ਮੈਨੇਜਰ ਦਾ ਜਿਹੜਾ ਕਤਲ ਕੀਤਾ ਸੀ ਔਰ 400 ਜਿਹੜੇ ਸਾਧੂ ਨੇ ਉਹਨਾਂ ਨੂੰ ਨਪੁੰਸਕ ਬਣਾਇਆ ਬਚਣਾ ਉਹਨਾਂ 'ਚ ਵੀ ਨਹੀਂ ਇਹਨੇ ਕਿਉਂਕਿ ਸਾਰਿਆਂ ਦੇ ਕੋਲ ਸਬੂਤ ਜਿਹੜੇ ਸੀ ਬੀ ਆਈ ਕੋਲ ਵੱਡੇ ਨੇ ਸੋ ਐਨੀਵੇ 2 ਕੇਸਾਂ 'ਚ ਇਨਸਾਫ਼ ਮਿਲਿਆ ਚੰਗੀ ਗੱਲ ਹੋਈ ਜੀ ਡਾਕਟਰ ਸਾਹਿਬ ਹੁਣ ਜੇ ਅਸੀਂ ਗੱਲ ਕਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਮਾਝਾ ਅਤੇ ਮਾਲਵਾ ਦੇ MLAs ਨਾਲ ਮੁਲਾਕਾਤ ਕੀਤੀ ਉਹਨਾਂ ਦੀਆਂ ਗੱਲਾਂ ਸੁਣੀਆਂ ਦੂਸਰੇ ਪਾਸੇ ਕੁਲਵੀਰ ਸਿੰਘ ਜੀਰਾ ਨੂੰ ਜਦੋਂ ਤੋਂ ਪਾਰਟੀ ਤੋਂ ਤਲਬ ਕੀਤਾ ਗਿਆ ਮੁਅੱਤਲ ਕੀਤਾ ਗਿਆ ਹੈ ਤਾਂ ਕਾਂਗਰਸ ਵਿੱਚ ਅਸੰਤੋਸ਼ ਦੀ ਭਾਵਨਾ ਬਣੀ ਹੋਈ ਹੈ ਉੱਧਰ ਕੈਪਟਨ ਸਾਹਿਬ ਨੇ ਰਿਪੋਰਟ ਮੰਗੀ ਹਫ਼ਤੇ ਦੇ ਵਿੱਚ ਅਤੇ ਜੀਰੇ ਦੇ ਜਿਹੜੇ ਇਲਾਕੇ ਦੇ ਥਾਣੇਦਾਰਾਂ ਦੀ ਵੀ ਜਿਹੜੀ ਆ ਬਦਲੀ ਕਰਤੀ ਤੁਸੀਂ ਕਈ ਖ਼ਬਰਾਂ ਲੈ ਲਈਆਂ ਅਤੇ ਇਸ ਕਰਕੇ ਕਿ ਮੈਂ ਇੱਕ ਗੱਲ ਕਰਨੀ ਨਾ ਭੁੱਲ ਜਾਂ ਪਹਿਲਾਂ ਉਹ ਕਰੂੰ ਫਿਰ ਇਹਨਾਂ ਖ਼ਬਰਾਂ ਦਾ ਜਵਾਬ ਦਿਉਂ ਜੀ ਇੱਕ ਤਾਂ ਇਹ ਕਿ ਅੱਜ ਜਿਹੜਾ ਸ਼ਾਮ ਨੂੰ ਅਸੀਂ ਰੋਜ਼ਾਨਾ ਪ੍ਰੋਗਰਾਮ ਕਰਦੇ ਹਾਂ ਚਰਚਾ 8 ਤੋਂ 8:30 ਜਿਹਦੇ 'ਚ ਅਸੀਂ ਕੋਈ ਇਸ਼ੂ ਲੈ ਕੇ ਮੁੱਦਾ ਲੈ ਕੇ ਗੱਲ ਕਰਦੇ ਹਾਂ ਉਹ ਅੱਜ ਨਹੀਂ ਹੋਣਾ
ਕਿਉਂਕਿ ਅੱਜ ਲਾਈਵ ਹੋਣਾ ਸੁਰ ਸਿੰਘ ਮੋਹਲਾ ਤੋਂ ਜੀ। ਦੂਜੀ ਗੱਲ ਵੀ ਦੱਸਦਾ ਕਿ ਜਿਹੜੇ ਪੱਤਰਕਾਰ ਸਾਡੇ ਸੁਣ ਰਹੇ ਨੇ, ਹੋਰ ਜਿਹੜੇ ਦਿਲਚਸਪੀ ਰੱਖਦੇ ਨੇ ਪੱਤਰਕਾਰੀ 'ਚ, ਚੜ੍ਹਦੀ ਕਲਾ ਟਾਈਮ ਟੀ ਵੀ ਵੱਲੋਂ ਜਿਹੜਾ ਐਨੂਅਲ ਕਾਨਫਰੰਸ ਜਰਨਲਿਸਟ ਦੀ ਕਰਵਾਈ ਜਾਂਦੀ ਹੈ, ਉਹ 20 ਤਰੀਕ ਨੂੰ ਹੋਣੀ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਮੈਦਾਨ ਦੇ ਵਿੱਚ, SST ਨਗਰ ਪਟਿਆਲਾ ਦੇ ਵਿੱਚ, ਜਿਹਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਸਾਰੇ ਜਿਹੜੇ ਪੱਤਰਕਾਰ ਚੜ੍ਹਦੀ ਕਲਾ ਦੇ ਤਾਂ ਸ਼ਾਮਿਲ ਹੋਣਗੇ ਟਾਈਮ ਟੀ ਵੀ ਦੇ, ਅਤੇ ਨਾਲ ਬਾਹਰੋਂ ਵੀ ਅਸੀਂ ਜਿਹੜੇ ਸਾਡੇ ਪੈਨਲਿਸਟ ਨੇ ਜਾਂ ਹੋਰ ਨੇ ਉਹਨਾਂ ਨੂੰ ਵੀ ਬੁਲਾ ਕੇ ਔਨਰ ਕਰਾਂਗੇ। ਅਤੇ ਰਹੀ ਗੱਲ ਹੁਣ ਜਿਹੜੀ ਮਨਦੀਪ ਖਾਲਸਾ ਹੋਰਾਂ ਨੇ ਸਵਾਲ ਪੁੱਛਿਆ ਸੀ, ਉਹਨਾਂ 'ਚ 3 ਸਵਾਲ ਨੇ ਇਹਨਾਂ ਦੇ ਅਸਲ ਵਿੱਚ। ਪਹਿਲਾਂ ਤਾਂ ਕੁਲਵੀਰ ਜੀਰਾ ਨਾਲ ਹੋ ਕੀ ਰਿਹਾ ਜੀ, ਮਾੜੀ ਤਾਂ ਹੋਈ, ਉਹਦੇ ਨਾਲ ਇਹ ਤੁਹਾਨੂੰ ਪਤਾ ਹੈ ਕਿ ਇੱਕ MLA ਜਦੋਂ ਨਸ਼ਿਆਂ ਦੇ ਮਾਮਲੇ 'ਚ ਆਪਣੀ ਸਰਕਾਰ ਦੇ ਵਿਰੁੱਧ ਬੋਲਿਆ, ਖਾਸ ਤੌਰ 'ਤੇ ਮੁਖਵਿੰਦਰ ਸਿੰਘ ਸੀਨਾ ਜਿਹੜੇ ਉੱਥੋਂ ਦਾ IG ਹੈ ਉਹਦੇ ਖਿਲਾਫ਼ ਕਿ ਉਹ ਮਿਲ ਕੇ ਨਸ਼ੇ ਵਿਕਾਉਂਦਾ, ਉਦੋਂ ਰਿਐਕਸ਼ਨ ਹੋਣਾ ਤਾਂ ਸੀ, ਰਿਐਕਸ਼ਨ ਵੀ ਅਜੀਬ ਕਿਸਮ ਦਾ ਹੋਇਆ। ਹਾਲਾਂਕਿ ਆਪੋਜੀਸ਼ਨ ਨੂੰ ਖਹਿਰਾ ਸਾਹਿਬ ਵਾਂਗ ਉਹਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਸੀ, ਪਰ ਅਕਾਲੀ ਉਹਦੇ ਖਿਲਾਫ਼ ਹੋ ਗਏ। ਅਕਾਲੀਆਂ ਨੇ ਤਾਂ ਕੱਲ੍ਹ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਉਹਦੇ ਕੋਲ 200 ਕਰੋੜ ਰੁਪਈਆ ਆ ਕਿਵੇਂ ਗਿਆ, ਇਹਦੇ ਫਾਦਰ ਕੋਲ 5 ਏਕੜ ਜ਼ਮੀਨ ਸੀ, ਉਹ ਇਹਨੂੰ ਰੇਤ ਮਾਫੀਆ ਦੇ ਨਾਲ ਜੋੜ ਕੇ ਇਹ 'ਤੇ ਇਲਜ਼ਾਮ ਲਾ ਰਹੇ ਨੇ। ਦੂਜੇ ਪਾਸੇ ਇਹਦਾ ਇੱਕ ਤਾਂ ਬਹੁਤ ਕਰੀਬੀ ਫੜਿਆ ਗਿਆ ਜਿਹੜਾ ਭਗੌੜਾ ਕਹਿ ਕੇ ਕਿਸੇ ਕਤਲ ਕੇਸ 'ਚ, ਨਾਲ ਦੀ ਨਾਲ ਜਿਹੜੇ ਇਹਦੇ ਥਾਣੇਦਾਰ ਲਵਾਏ ਹੋਏ ਸੀ ਕੱਲ੍ਹ ਸਾਰਿਆਂ ਦੀ ਬਦਲੀ ਕਰ ਦਿੱਤੀ ਗਈ, ਇਹ ਤਾਂ ਘਿਰਿਆ ਹੋਇਆ ਮਹਿਸੂਸ ਕਰ ਰਿਹਾ ਕੁਲਵੀਰ ਸਿੰਘ ਜੀਰਾ। ਇਹ ਤਾਂ ਇੱਕ ਪੱਖ ਹੈ ਇਸ ਗੱਲ ਦਾ ਕਿ ਜੇ ਤੁਸੀਂ ਬੋਲੋਗੇ ਤਾਂ ਇਸ ਤਰ੍ਹਾਂ ਕਰਾਂਗੇ ਅਤੇ ਨਾਲ ਉਹਨੂੰ ਕੱਢ ਦਾਂਗੇ, ਸਸਪੈਂਡ ਕਰ ਦਾਂਗੇ, ਜਿਵੇਂ ਇਹਦੇ ਗੱਲ ਸੁਣੇ ਬਿਨਾਂ ਇਹਨੂੰ ਸਸਪੈਂਡ ਕਰ ਦਿੱਤਾ ਗਿਆ MLA ਜੈਤੋ ਨੂੰ। ਦੂਜਾ ਪੱਖ ਹੈ ਕਿ ਇਹਦੇ ਕਾਰਨ ਜਦੋਂ ਪਾਰਟੀ ਦੇ ਵਿੱਚ, ਖਾਸ ਤੌਰ 'ਤੇ MLAਆਂ ਦੇ ਵਿੱਚ ਜਦੋਂ ਗੱਲ ਬਣਦੀ ਹੈ, ਵਿਧਾਇਕਾਂ ਦੇ ਵਿੱਚ ਅਸ਼ਾਂਤੀ ਫੈਲੀ ਅਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਮਿਲਣਾ ਸ਼ੁਰੂ ਕੀਤਾ। ਕੈਪਟਨ ਸਾਹਿਬ ਨੇ 2 ਜਿਹੜੇ ਰੀਜਨ ਦੇ MLA ਨੂੰ ਮਿਲ ਚੁੱਕੇ ਨੇ, ਮਾਝਾ ਔਰ ਦੁਆਬਾ। ਹੁਣ ਉਹਨਾਂ 'ਚ ਜ਼ਿਆਦਾ ਗਿਣਤੀ MLA ਜਿਹੜੇ ਬਿਊਰੋਕਰੇਸੀ ਦੇ ਖਿਲਾਫ਼ ਨੇ, ਇਹ ਕੈਪਟਨ ਸਾਹਿਬ ਨੂੰ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਜੀ ਕਿ ਜਿਵੇਂ ਦੁਆਬੇ ਵਾਲੇ MLA ਨੇ ਕਿਹਾ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਾਡੀਆਂ 3 ਸੀਟਾਂ ਨੇ ਜਿੱਤਣੀਆਂ ਬੜੀਆਂ ਮੁਸ਼ਕਲ ਹੋ ਜਾਣੀਆਂ ਨੇ, ਜਿਹੜੇ ਤੁਸੀਂ 15-16 ਕਰੋੜ ਰੁਪਏ ਦਿੱਤੇ ਵੀ ਸੀ ਡਿਵੈਲਪਮੈਂਟ ਲਈ, ਉਹ ਰਿਲੀਜ਼ ਨਹੀਂ ਕਰਦੀ ਬਿਊਰੋਕਰੇਸੀ। ਤੋ ਸੱਚਮੁੱਚ ਹੀ ਸਾਡੇ ਕਈ ਪੈਨਲਿਸਟ ਕਹਿੰਦੇ ਨੇ ਇਸ ਵਾਰ ਪੋਲੀਟੀਕਲ ਜਿਹੜੀ ਹੈ ਲੋਕ ਨਹੀਂ ਸਰਕਾਰ ਚਲਾ ਰਹੇ, ਜ਼ਿਆਦਾ ਸਰਕਾਰ 'ਤੇ ਦਬਦਬਾ ਬਿਊਰੋਕਰੇਸੀ ਦਾ, ਅਫਸਰ ਚਾਹੀਦਾ। ਅਤੇ ਸਾਰੇ MLA ਇਸ ਗੱਲੋਂ, ਚਾਹੇ ਉਹ ਗਿੱਲ ਜੀ ਆ ਜਾਂ ਕੋਈ ਹੋਰ ਹੈ, ਉਹ ਇਹਦੇ ਜਿਹੜੇ ਉਹਨਾਂ ਨੇ ਆਪਣੀ ਭੜਾਸ ਕੱਢੀ ਔਰ ਕੈਪਟਨ ਸਾਹਿਬ ਨੂੰ ਇਹ ਗੱਲ ਫੀਡਬੈਕ ਦਿੱਤੀ ਕਿ ਇਹ ਕੁਛ ਹੋ ਰਿਹਾ। ਹੁਣ ਮਾਲਵੇ ਦੇ MLA ਨੇ ਬੋਲਣਾ, ਕੁਲਵੀਰ ਸਿੰਘ ਜੀਰਾ ਨੇ ਭਾਵੇਂ ਆਪਦੀ ਉਹਦੀ ਆਵਾਜ਼ ਬੰਦ ਹੋ ਗਈ ਪਰ ਬਾਕੀਆਂ ਦੀ ਆਵਾਜ਼ ਉਹਨੇ ਜ਼ਰੂਰ ਬੁਲੰਦ ਕਰਤੀ। ਲੱਗਦਾ ਇਹ ਹੈ ਕੈਪਟਨ ਸਾਹਿਬ ਘੱਟੋ ਘੱਟ ਉਹਨੂੰ ਮਿਲਤਾ ਰਹੇ ਨੇ, ਉਹਨਾਂ ਦੀਆਂ ਗੱਲਾਂ ਸੁਣ ਰਹੇ ਨੇ। ਇਹ ਦੂਜਾ ਪੱਖ ਇਹਦੇ 'ਚ ਅਸੀਂ ਇਸ ਖਬਰ ਦਾ ਲੈ ਸਕਦੇ ਹਾਂ ਕਿ ਜੀਰਾ ਨਾਲ ਮਾੜੀ ਹੋਈ, ਲੇਕਿਨ ਦੂਜੇ ਪਾਸੇ ਕੈਪਟਨ ਸਾਹਿਬ ਬਾਕੀ MLA ਦੀ ਗੱਲ ਸੁਣਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਔਰ 2 ਦੁਆਬਾ ਮਾਲਵਾ ਦੇ ਬੰਦਿਆਂ ਨੂੰ ਸੁਣਿਆ। ਤੀਜੀ ਗੱਲ ਵੀ ਇਹਦੇ 'ਚ ਜਿਹੜੀ ਸਾਨੂੰ ਨਜ਼ਰ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਕੈਪਟਨ ਸਾਹਿਬ ਖੁਦ ਵੀ ਕਿਤੇ ਨਾ ਕਿਤੇ ਫਸਿਆ ਮਹਿਸੂਸ ਕਰ ਰਹੇ ਨੇ ਇਸ ਗੱਲੋਂ ਪੁਲਿਸ ਦੇ ਐਂਗਲ ਤੋਂ। ਹੁਣ DGP ਲਾਇਆ ਅਕਾਲੀਆਂ ਨੇ ਅਰੋੜਾ ਔਰ ਉਹਦੀ ਉਹਨਾਂ ਨੇ ਬਦਲਿਆ ਨਹੀਂ। ਹੁਣ ਹੋਇਆ ਕੀ ਕਿ ਜਦੋਂ ਉਹਨੂੰ ਐਕਸਟੈਂਸ਼ਨ ਮਿਲੀ ਹੈ 9 ਮਹੀਨੇ ਦੀ, ਉਹਨਾਂ ਨੇ ਇੱਕ ਮਿੰਟ ਲਾਇਆ ਉਹਨੂੰ ਉਹਦੇ 'ਚ ਹਾਂ ਕਰਨ 'ਚ। ਇਸੇ DGP ਅਰੋੜਾ ਜਿਹੜਾ ਹੈ ਉਹਨੇ ਮਤਲਬ ਉਹਦੀ ਅਗਵਾਈ 'ਚ ਸਾਰਾ ਕੁਛ ਚੱਲ ਰਿਹਾ, ਇਸ ਕਰਕੇ ਕੈਪਟਨ ਸਾਹਿਬ ਕੋਲ ਕੋਈ ਜਵਾਬ ਨਹੀਂ ਜਦੋਂ ਲੋਕ ਪੁਲਿਸ ਦੇ ਖਿਲਾਫ਼ ਬੋਲਦੇ ਨੇ। ਤੀਜੀ ਗੱਲ, ਉਹ ਕੈਪਟਨ ਸਾਹਿਬ ਥੋੜ੍ਹਾ ਜਿਹਾ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੂੰ ਜਸਟੀਫਾਈ ਕਰਨ ਦਾ। ਉਹਨਾਂ ਨੇ ਇੱਕ ਆਰਡਰ ਦਿੱਤਾ ਹੈ ਕਿ IG ਸ਼ੀਨਾ ਦੇ ਖਿਲਾਫ਼ DGP ਅਰੋੜਾ ਖੁਦ ਇਨਕੁਆਇਰੀ ਕਰਨ ਔਰ ਨਾਲ ਦੀ ਨਾਲ ਉਹ ਜਿਹੜਾ ਹੈ 1 ਹਫ਼ਤੇ 'ਚ ਰਿਪੋਰਟ ਕਰਨ। ਔਰ ਇਹਦੇ ਨਾਲ ਇਹ ਵੀ ਹੋਇਆ ਕਿ ਹਰਪ੍ਰੀਤ ਸਿੰਘ ਸਿੱਧੂ, ਮੁਸਤਫਾ, ਜਿਹੜੇ ਨਸ਼ਿਆਂ ਦੇ ਖਿਲਾਫ਼ ਲੱਗੇ ਹੋਏ ਨੇ, ਉਹਨਾਂ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਹੈ ਕਿਉਂਕਿ ਉਹ ਡਿਫੈਂਸਿਵ ਹੋ ਗਏ।
ਉਹ ਰੱਖਿਆਤਮਕ ਹੋਣਾ ਮਜਬੂਰ ਕਰਤਾ ਜੀਰਾ ਨੇ ਆਪਣੀ ਇਹ ਸਟੇਟਮੈਂਟ ਦੇ ਕੇ। ਇਸ ਤਰ੍ਹਾਂ ਦੇ ਹਾਲਾਤ ਸਰਕਾਰ ਦੇ ਵਿੱਚ ਅਤੇ ਪਾਰਟੀ ਵਿੱਚ ਚੱਲ ਰਹੇ ਨੇ ਜੀ। ਡਾਕਟਰ ਸਾਹਿਬ ਸੁਖਪਾਲ ਸਿੰਘ ਖਹਿਰਾ ਦੀ ਜੇ ਗੱਲ ਕਰ ਲਈਏ ਤਾਂ ਹੁਣ ਉਹ ਬੁਰੀ ਤਰ੍ਹਾਂ ਫਸ ਚੁੱਕੇ ਨੇ, ਦੋ ਜਗ੍ਹਾ ਤੋਂ ਚੋਣ ਕਿਵੇਂ ਲੜਨਗੇ? ਦੇਖੋ ਜੀ, ਉਹਨਾਂ ਨੇ ਬਠਿੰਡੇ ਤੋਂ ਕਿਹਾ ਜੀ ਐਮ ਪੀ, ਅਤੇ ਹੁਣ ਜੇ ਜਿਮਨੀ ਚੋਣ ਹੁੰਦੀ ਹੈ ਤਾਂ ਉਹ ਇਹਨਾਂ ਨੂੰ ਲੜਨਾ ਪਏਗਾ ਪਲੱਥ ਤੋਂ ਵੀ ਜੀ। ਲੇਕਿਨ ਹਾਲੇ ਇਹ ਐਡਾ ਨਹੀਂ ਗੱਲ ਸੌਖੀ, ਇਸ ਕਰਕੇ ਨਹੀਂ ਕਿ ਇਹ ਸਾਰਾ ਕੁਛ ਹੁਣ ਜਿਹੜੀ ਵਾਲ ਜਿਹਨੂੰ ਕਹਿੰਦੇ ਨੇ ਉਹ ਸਪੀਕਰ ਦੇ ਖਾਤੇ 'ਚ ਹੈ। ਬਿਲਕੁਲ ਜੀ, ਸਪੀਕਰ ਨੇ ਫੈਸਲਾ ਲੈਣਾ ਔਰ ਸਪੀਕਰ ਦੀ ਮਰਜ਼ੀ ਹੈ ਜਦੋਂ ਮਰਜ਼ੀ ਲੈ ਜਾਵੇ ਫੈਸਲਾ ਜੀ ਜੀ। ਸਪੀਕਰ ਚਾਹੇ ਇਹਨੂੰ ਲਟਕਾ ਸਕਦਾ, ਲੰਬੇ ਸਮੇਂ ਲਈ ਲਟਕਾ ਸਕਦਾ ਸਪੀਕਰ, ਕਈ ਵਾਰ ਤਾਂ ਸਪੀਕਰ ਤਿੰਨ ਤਿੰਨ ਸਾਲ ਵੀ ਨਹੀਂ ਫੈਸਲਾ ਕਰਦੇ ਜੀ। ਜ਼ਰੂਰੀ ਨਹੀਂ ਕਿ ਸਪੀਕਰ ਇਮੀਡੀਏਟ ਇਹ ਫੈਸਲਾ ਕਰੂਗਾ ਜੀ। ਦੂਜੇ ਪਾਸੇ ਜੇ ਤਿੰਨ ਐਮ ਐਲ ਏ ਦਾ ਅਸਤੀਫਾ, ਜੇ ਸਪੀਕਰ ਇੱਕ ਦਾ ਕਰੂ ਬਾਕੀਆਂ ਦਾ ਨਾਲ ਕਰਦਾ ਤਿੰਨਾਂ ਦਾ ਜੀ, ਅਤੇ ਫਿਰ ਸੁਖਪਾਲ ਸਿੰਘ ਖਹਿਰਾ ਨੇ ਇੱਕ ਗੱਲ ਵਧੀਆ ਕੀਤੀ ਕਿ ਉਹਨੇ ਆਪ ਰਿਜ਼ਾਈਨ ਨਹੀਂ ਕੀਤਾ ਜੀ। ਉਹਨਾਂ ਦੇ ਰਿਜ਼ਾਈਨ ਕਰਨ 'ਤੇ ਇਹਨਾਂ ਦੇ ਸਲਾਹ ਇਹਨਾਂ ਨੇ ਦਿੱਤੀ, ਇਹਨਾਂ ਨੇ ਰਿਕਮੈਂਡ ਕੀਤਾ ਹਰਪਾਲ ਚੀਮਾ ਨੇ, ਜੇ ਸੁਖਪਾਲ ਖਹਿਰਾ ਅਤੇ ਬਾਕੀਆਂ ਦੀ ਕੁਰਸੀ ਜਾਂਦੀ ਹੈ ਤਾਂ ਜਿਹੜਾ ਵਿਰੋਧੀ ਧਿਰ ਦਾ ਨੇਤਾ ਅਕਾਲੀ ਬਣਦਾ ਅਤੇ ਫਿਰ ਉਹ ਜ਼ਿੰਮੇਵਾਰੀ ਇਹਨਾਂ 'ਤੇ ਹੋਊਗੀ ਕਿ ਉਹਨਾਂ ਨੂੰ ਬਣਾਇਆ ਕਿ ਨਾ ਕਿ ਸੁਖਪਾਲ ਸਿੰਘ ਖਹਿਰਾ 'ਤੇ ਹੋਊ ਜੀ। ਲੱਗ ਇਹ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਜੋ ਹੈ ਉਹ ਆਪਣੇ ਆਪ 'ਚ ਇੱਕ ਵਧੀਆ ਗੇਮ ਖੇਡ ਰਹੇ ਨੇ ਔਰ ਬਲਦੇਵ ਸਿੰਘ, ਮਾਸਟਰ ਬਲਦੇਵ ਸਿੰਘ ਨੂੰ ਕਾਫੀ ਹੱਦ ਤੱਕ ਫਰੀਦਕੋਟ ਤੋਂ ਲੜਾਉਣ ਦੀ ਤਿਆਰੀ ਹੈ। ਫਰੀਦਕੋਟ ਜਦੋਂ ਬਰਗਾੜੀ 7 ਅਕਤੂਬਰ ਨੂੰ ਗਏ ਸੀ ਅਤੇ ਉਹਨਾਂ ਦਿਨਾਂ 'ਚ ਉਸ ਖੇਤਰ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ, ਇੱਕ ਤਾਂ ਐੱਮ ਐੱਲ ਏ ਵੀ ਉਹਨਾਂ ਦੇ ਜ਼ਿਆਦਾ ਨੇ ਅਤੇ ਲੱਗਦਾ ਇਹ ਹੈ ਕਿ ਉੱਥੇ ਕਾਫੀ ਸਪੋਰਟ ਉਹਨਾਂ ਨੂੰ ਮਿਲੇਗੀ ਅਤੇ ਉਹ ਤਕੜੀ ਫਾਈਟ ਦੇਣਗੇ ਦੋਨੇ, ਇਸ ਕਰਕੇ ਉਹ ਉੱਥੇ ਲੱਗੇ ਹੋਏ ਜੀ। ਡਾਕਟਰ ਸਾਹਿਬ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ਼ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਬੇਟੇ ਨੇ ਸ਼ਿਕਾਇਤ ਦਰਜ ਕਰਵਾਈ ਹੈ ਜੀ। ਦੇਖੋ ਜੀ, ਉਹ ਮੈਂ ਦੇਖੀ ਸੀ ਉਹ ਵੀਡੀਓ, ਅਸਲ ਮਸਲਾ ਇੱਕ ਵੀਡੀਓ ਦਾ ਜੀ। ਵੀਡੀਓ ਦੇ ਵਿੱਚ ਇੱਕ ਲੇਡੀ ਜਿਹੜੀ ਹੈ ਉਹ ਗਹਿਣੇ ਪਾ ਕੇ ਵਾਹਵਾ ਅੱਧਾ ਪੌਣਾ ਕਿਲੋ ਸੋਨਾ ਪਾਇਆ ਹੋਇਆ ਔਰ ਨੋਟਾਂ ਦੇ ਮਤਲਬ ਢੇਰ ਹੈ ਉਹਦੇ ਕੋਲ, ਇੱਕ ਰਿਵਾਲਵਰ ਹੈ ਜੀ, ਅਤੇ ਗਾਣਾ ਚੱਲ ਰਿਹਾ ਅਸੀਂ ਸਾਹਿਬਜ਼ਾਦੇ, ਪਤਾ ਨਹੀਂ ਕਿਸੇ ਪੁੱਤ ਮੇਰੇ ਹੁਣ ਗਾਣਾ ਪੂਰਾ ਯਾਦ ਨਹੀਂ, ਅਤੇ ਉਹ ਡਾਂਸ ਕਰ ਰਹੀ ਹੈ ਲੇਡੀ ਔਰ ਨੋਟ ਉਸਾਲ ਰਹੀ ਹੈ, ਕਦੇ ਰਿਵਾਲਵਰ ਚੱਕ ਰਹੀ ਹੈ, ਕਦੇ ਸੋਨਾ ਦਿਖਾ ਰਹੀ ਹੈ, ਅਤੇ ਇਹ ਸਾਰਾ ਕੁਛ ਉਹ ਰਣੀਕੇ ਦੇ ਬੇਟੇ ਨੇ ਉਹਨਾਂ ਨੂੰ ਪੁੱਛਿਆ, ਕਹਿੰਦੇ ਕਿ ਬੈਂਸ ਸਾਹਿਬ ਨੇ ਇਹ 'ਤੇ ਕਮੈਂਟ ਕੀਤਾ ਕਿ ਇਹ ਗੁਲਜ਼ਾਰ ਸਿੰਘ ਰਣੀਕੇ ਦੀ ਬੀਵੀ ਹੈ ਜੀ, ਅਤੇ ਉਹਨੇ ਪੁੱਛਿਆ ਕਿ ਮੈਂ ਉਹਨੂੰ ਕਿਹਾ ਕਿ ਤੂੰ ਦੇਖਿਆ ਕਦੇ ਮੇਰੀ ਮਾਂ ਨੂੰ ਜੀ ਜੀ, ਉਹਦੇ ਕੋਲ ਕੋਈ ਜਵਾਬ ਨਹੀਂ ਸੀ ਔਰ ਉਹ ਉਹਨੇ ਇੱਕ ਸ਼ਿਕਾਇਤ ਦਰਜ ਕਰਾਈ ਹੈ ਕਿ ਇਹਨੇ ਸਾਨੂੰ ਬਦਨਾਮ ਕੀਤਾ। ਜੋ ਵੀ ਹੋਵੇ, ਸੋਸ਼ਲ ਮੀਡੀਆ ਜੋ ਸਾਨੂੰ ਕਾਫੀ ਜ਼ਿੰਮੇਵਾਰੀ ਨਾਲ ਵਰਤਣ ਦੀ ਲੋੜ ਹੈ, ਬਹੁਤ ਵੱਡੀ ਪਾਵਰ ਹੈ ਤੁਹਾਡੇ ਹੱਥ ਦੇ ਵਿੱਚ। ਬਿਲਕੁਲ ਜੀ, ਅੱਗੇ ਜਿਹੜਾ ਜਿਵੇਂ ਅਸੀਂ ਬੋਲਦੇ ਹਾਂ ਮੇਨ ਸਟ੍ਰੀਮ ਮੀਡੀਆ, ਰੀਜਨਲ ਮੀਡੀਆ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜੇ ਤੁਸੀਂ ਆਜ ਤੱਕ ਜਾਂ ਜੀ 'ਚ ਜਾਂਦੇ ਉਹਨੂੰ ਅਸੀਂ ਕੌਮੀ ਮੀਡੀਆ ਕਹਿੰਦੇ ਹਾਂ, ਜੇ ਕੋਈ ਹੋਰ ਹੈ ਸੀ ਐੱਨ ਐੱਨ ਵਗੈਰਾ ਉਹ ਇੰਟਰਨੈਸ਼ਨਲ ਮੀਡੀਆ 'ਚ ਆ ਜਾਂਦਾ, ਲੇਕਿਨ ਉਹ ਮੀਡੀਆ ਅਤੇ ਜਿਹੜਾ ਤੁਹਾਡੇ ਹੱਥ 'ਚ ਮੀਡੀਆ ਹੈ, ਜਿਹੜਾ ਤੁਹਾਡੇ ਹੱਥ ਸਮਾਰਟਫੋਨ ਹੈ, ਉਹ ਵੀ ਇਹਦੇ ਵਰਗਾ ਹੀ ਹੈ। ਤੁਸੀਂ ਇੱਕ ਵਾਰੀ ਲਾਈਵ ਕਰੋਗੇ ਤਾਂ ਸਾਰੀ ਦੁਨੀਆਂ 'ਚ ਚਲੇ ਜਾਏਗਾ, ਇਹ ਚਾਹੀਦਾ ਨਹੀਂ ਸੀ। ਹਾਂ, ਉਹ ਜਿਹੜੀ ਔਰਤ ਨੇ ਕੀਤਾ ਹੈ, ਭਾਵੇਂ ਕੋਈ ਹੈ, ਸਾਨੂੰ ਨਹੀਂ ਪਤਾ, ਅਸੀਂ ਚੈਨਲ ਵੱਲੋਂ ਇਹ ਡਿਕਲੇਅਰ ਕਰਦੇ ਹਾਂ, ਸਾਨੂੰ ਇਹ ਨਹੀਂ ਪਤਾ ਵੀ ਉਹ ਕੌਣ ਹੈ, ਕਿਸੇ ਸਿਆਸੀ ਬੰਦੇ ਦੀ ਬੀਵੀ ਹੈ, ਜੋ ਵੀ ਹੈ ਹੈ ਉਹ ਵੀ ਆਪਣੇ ਆਪ 'ਚ ਕਮਾਲ ਕੇ ਇੰਨਾ ਪੈਸਾ ਇਨਕਮ ਟੈਕਸ ਵਾਲੇ ਸੁੱਤੇ ਪਏ ਨੇ, ਇੰਨਾ ਸੋਹਣਾ ਇਹ ਰਿਵਾਲਵਰ ਗੱਡੀ ਜਾ ਰਹੀ ਹੈ, ਸਾਰਾ ਕੁਛ ਹੈ, ਉਹਨੇ ਪਾਇਆ ਹੋਇਆ, ਗਾਣਾ ਗਾ ਰਿਹਾ, ਇਹਦੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਹੈ, ਕਿੱਥੋਂ ਅਪਲੋਡ ਹੋਈ ਆਪੇ ਪਤਾ ਲੱਗ ਜੂਗਾ। ਬਿਲਕੁਲ ਜੀ, ਸਾਰਾ ਕੁਝ ਹੋ ਜਾਂਦਾ ਜੀ, ਅੱਜ ਕੱਲ੍ਹ ਸਾਈਬਰ ਕ੍ਰਾਈਮ ਜੇ ਇੰਨਾ ਵਧਿਆ ਹੋਇਆ ਜੀ। ਜੇ ਸਿਮਰਨ ਸਿੰਘ ਬੈਂਸ ਨੇ ਤਾਂ ਕਮਿਟ ਕਰਤਾ ਕਿ ਉਹਦੀ ਬੀਵੀ ਹੈ, ਜੇ ਸਿਮਰਨਜੀਤ ਸਿੰਘ ਬੈਂਸ 'ਚ ਬਚ ਨਹੀਂ ਸਕੂਗਾ ਜੇ ਡੈਫਾਮੇਸ਼ਨ, ਪਰ ਦੂਜੇ ਪਾਸੇ ਜੇ ਉਹ ਉਹੀ ਹੋਈ ਤਾਂ ਉਸ ਮੰਤਰੀ ਨੂੰ ਵੀ ਮੇਰਾ ਖਿਆਲ ਹੈ ਇਹਦੀ ਪ੍ਰੋਬਲਮ ਖੜੀ ਹੋ ਸਕਦੀ ਹੈ ਕਿ ਇੰਨਾ ਨੋਟ ਕਿੱਥੋਂ ਆਏ, ਇੰਨਾ ਪੈਸਾ ਕਿੱਥੋਂ ਆਇਆ, ਰਿਵਾਲਵਰ ਕਿਹਦੇ ਨਾਂ 'ਤੇ ਸੀ ਜਿਹੜਾ ਦਿਖਾ ਕੇ ਉਹਨੇ ਡਾਂਸ ਕੀਤਾ, ਇਹ ਹੋ ਰਿਹਾ। ਵੈਸੇ ਇਸ ਤਰ੍ਹਾਂ ਦੀਆਂ ਗੱਲਾਂ, ਇਹ ਗੈਰ ਜ਼ਿੰਮੇਵਾਰੀ ਵਾਲੀਆਂ ਗੱਲਾਂ ਜਿਹੜੀਆਂ ਨੇ ਉਹੀ ਜਿਹੜਾ ਸੋਸ਼ਲ ਮੀਡੀਆ ਨੂੰ ਬਦਨਾਮ ਕਰਦੀਆਂ ਨੇ। ਸੋਸ਼ਲ ਮੀਡੀਆ ਆਪਣੇ ਆਪ 'ਚ ਬਹੁਤ ਵੱਡੀ ਪਾਵਰ ਹੋ ਸਕਦਾ ਜੇ ਉਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ। ਬਿਲਕੁਲ ਜੀ। ਡਾਕਟਰ ਸਾਹਿਬ, ਹੁਣ ਸਮਾਂ ਹੋ ਗਿਆ ਜੀ ਸ਼ੋਅ ਦਾ, ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ। ਹੁਣ ਸਾਨੂੰ ਦਿਓ ਅੱਗੇ, ਸਤਿ ਸ਼੍ਰੀ ਅਕਾਲ ਜੀ।
ਹੈ।